ਹਰ ਸਾਲ ਦਊਂਗਾ। ਤੂੰ ਕਹਿੰਦਾ ਨਹੀਂ ਜੀ 20 ਨਹੀਂ 400, ਅਸੀਂ ਤਾਂ ਜੀ 300 ਦੇਵਾਂਗੇ। ਅਤੇ ਮੈਂ ਉਹਨੂੰ ਸਵਾਲ ਪੁੱਛਦਾ ਵੀ ਤੇਰੇ ਚੀਫ ਮਿਨਿਸਟਰ ਨੇ ਤੁਹਾਡੇ ਮੈਮੋਰੈਂਡਮ 'ਚ, ਤੁਹਾਡੀਆਂ ਗਰੰਟੀਆਂ 'ਚ ਤੁਸੀਂ 40,000 ਕਰੋੜ ਰੁਪਈਆ ਕਿਹਾ ਸੀਗਾ 2 ਸਾਲਾਂ 'ਚ, ਅਤੇ ਮਿੱਤਰਾ 39,600 ਬਚਦਾ, ਲਿਆ ਕੱਢ, ਲਿਆ ਕੱਢ ਓਏ ਮਿੱਤਰ ਪਿਆਰੇ। ਅਤੇ ਸਾਰੇ ਪੰਜਾਬ ਨੂੰ ਪਤਾ ਵੀ ਕੋਈ ਪੈਲਸ ਖਰੀਦੀ ਜਾਂਦਾ 48 ਕਰੋੜ ਦਾ, ਕੋਈ 92 ਏਕੜ ਜ਼ਮੀਨ ਗਿਰਵੀ ਰੱਖੀ ਜਾਂਦਾ ਪੰਜਾਬ ਦੀ। ਆਹ ਪਟਿਆਲੇ 'ਚ ਇੱਕ ਪੁਰਾਣਾ ਰਾਜਿਆਂ ਦਾ ਪੈਲਸ ਹੈ, ਕਿਹਨੇ ਖਰੀਦਿਆ ਉਹ, ਹੈਂ, ਹਿੱਸੇ ਕੌਣ ਪਾਉਂਦਾ, ਇਹ ਕਿੱਥੋਂ ਆਏ, ਹੈਂ, ਕਿਹੜਾ ਇਹੋ ਜਿਹਾ ਧੰਦਾ ਜੀ 'ਤੇ ਕਬਜ਼ਾ ਨਹੀਂ ਕੀਤਾ ਤੁਸੀਂ, ਹੈਂ। ਮਿਲ ਗਿਆ ਜਵਾਬ, ਪੰਜਾਬ ਕਾਂਗਰਸ 'ਚ ਸਭ ਅੱਛਾ ਹੈ, ਪੰਜਾਬ ਕਾਂਗਰਸ 'ਚ ਕੀ ਹੈ, ਕੀ ਹਾਲਾਤ ਨੇ? ਪੰਜਾਬ ਕਾਂਗਰਸ 'ਚ ਬਿਲਕੁਲ ਸਭ ਕੁਛ ਅੱਛਾ ਹੈ। ਕਾਂਗਰਸ ਵਿਚਾਰਾਂ ਦੇ ਵਖਰੇਵੇਂ ਨੂੰ ਅਲਾਊ ਕਰਦੀ ਹੈ, ਗਲਤ ਫਹਿਮੀਆਂ ਲੋਕਾਂ ਨੇ ਬਣਾ ਲਈਆਂ। ਵਿਚਾਰਾਂ ਦਾ ਵਖਰੇਵਾਂ ਲੋਕਤੰਤਰ ਦਾ ਗਹਿਣਾ ਹੈ, ਪਰ ਉਸ ਵਿਚਾਰਾਂ ਦੇ ਵਖਰੇਵੇਂ ਨੂੰ ਸੰਵਾਦ ਨਾਲ ਸੰਵਾਰਨਾ ਚਾਹੀਦਾ। ਤੁਹਾਡੇ ਤੋਂ ਬਿਨਾਂ ਬਾਕੀ ਜਿਹੜੇ ਅਹੁਦੇਦਾਰ ਉਹ ਨਹੀਂ ਸਮਝ ਰਹੇ ਜੀ। ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣੋ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ, ਮੈਂ ਕਦੇ ਕਿਸੇ ਦੇ ਖਿਲਾਫ਼ ਬੋਲਿਆ ਨਿੱਜੀ ਤੌਰ 'ਤੇ, ਮੈਨੂੰ ਤੂੰ ਦੱਸ ਇੱਕ ਵਾਰ ਦੱਸ। ਕਹਿੰਦੇ ਨਵਜੋਤ ਸਿੰਘ ਸਿੱਧੂ ਏਕਲਾ ਚਲੋ ਦੀ ਨੀਤੀ ਤੇ ਚੱਲ। ਮੈਂ ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣੋ, ਜਿਹਦੇ ਨਾਲ 30,000 ਪੰਜਾਬੀ ਖੜ੍ਹੇ ਸੀ ਉਹ ਏਕਲਾ, ਕਿਹੜੀਆਂ ਗੱਲਾਂ ਕਰਦੇ ਹੋ ਯਾਰ, ਮਤਲਬ ਕਾਂਗਰਸ ਹੀ ਨਹੀਂ, ਆ ਕਾਂਗਰਸ ਹੀ ਨਹੀਂ ਖੜਾ ਬਾਕੀ ਘੜੇ ਯਾਰ, ਕਮਾਲ ਕਰਦਾ ਵੀ ਜੇ ਤੁਸੀਂ ਇਹ ਮਤਲਬ ਬੇਵਕੂਫਾਨਾ ਗੱਲਾਂ ਨੇ, ਇਹਨਾਂ ਗੱਲਾਂ 'ਤੇ ਕੋਈ ਤੱਤ ਹੀ ਹੈ ਨਹੀਂ, ਹੈ। ਉਹ ਭਾਈ ਖੜਗੇ ਸਾਹਿਬ ਇਹ ਕਹਿੰਦੇ ਨੇ ਵੀ ਲੋਕਾਂ ਨਾਲ ਸੰਪਰਕ ਸਾਧੋ, ਪੁੱਛ ਉਹਨੂੰ ਜਿਹੜਾ ਕਹਿੰਦਾ ਵੀ ਸੰਪਰਕ ਸਾਧੋ, ਲੋਕਾਂ 'ਚ ਜਾਓ। ਸਰ ਖੜਗੇ ਸਾਹਿਬ ਤਾਂ ਖੁਦ ਆਪ ਨਾਲ ਸੰਪਰਕ ਸਾਧੀ ਜਾ ਰਹੇ ਨੇ, ਮੈਂ ਕਹਿੰਦਾ ਉਹ ਕਹਿੰਦੇ ਲੋਕਾਂ ਨਾਲ ਸੰਪਰਕ ਸਾਧੋ, ਨਹੀਂ ਪਰ ਹੁਣ ਆਪ ਨਾਲ ਗੱਠਜੋੜ ਹੋ ਗਿਆ, ਉਹਨਾਂ ਉਹ ਆਪ ਨਾਲ ਸੰਪਰਕ ਕਿਉਂ ਨਹੀਂ ਸਾਧਣਾ ਚਾਹੀਦਾ ਜਦੋਂ ਵੱਡੀ ਲੜਾਈ ਲੜਨੀ ਹੈ ਬਈ, ਹੈ, ਦੂਏ ਨਹੀਂ ਸਾਧਦੇ, ਇਹੋ ਜਿਹਾ ਕਿਹੜਾ ਗਲਤ ਕੰਮ ਕਰਤਾ ਭਾਈ, ਕਿਹੜੀ ਸੰਸਥਾ ਬਚੀ ਅੱਜ ਮਿੱਤਰ ਪਿਆਰੇ? ਤੁਸੀਂ ਹਰੇਕ ਨੂੰ ਕੁੱਟੀ ਤੁਰੀ ਜਾਂਦੇ ਹੋ, ਦੈੜ ਦੈੜ ਕਰੀ ਜਾਂਦੇ ਹੋ, ਸੰਪਰਕ ਨਾ ਸਾਧੀਏ। ਮੁਲਕ ਨੂੰ ਬਚਾਉਣਾ ਹੈ, ਮੁਲਕ ਦੀ ਡੈਮੋਕਰੇਸੀ ਨੂੰ ਬਚਾਉਣਾ ਹੈ, ਸੰਪਰਕ ਨਹੀਂ ਹੋਣਾ ਚਾਹੀਦਾ? ਪਰ ਫਿਰ ਉੱਥੇ ਮੌਕੇ ਸਰਕਾਰ ਨਹੀਂ, ਕਿਉਂ ਮੌਕੇ ਦੀ ਸਰਕਾਰ ਭਾਈ? ਤੁਸੀਂ ਦੇਸ਼ ਦੀ ਲੜਾਈ, ਪ੍ਰਾਈਮ ਮਿਨਿਸਟਰ ਨੂੰ ਬਣਾਉਣ ਦੀ ਲੜਾਈ ਅੱਡ ਹੈ, ਦੱਸ ਮੈਨੂੰ ਕਿਹੜੀ ਪ੍ਰਾਈਮ ਮਿਨਿਸਟਰ ਨੇ ਕੀ ਕੀਤਾ ਇੱਥੇ ਸਾਡੇ ਲਈ, ਕਹਦੇ ਮਿੱਤਰ ਪਿਆਰੇ? ਅਤੇ ਨਾ ਤਾਂ ਆਪ ਸੈਂਟਰ 'ਚ ਹੈ ਅਤੇ ਨਾ ਕਾਂਗਰਸ 'ਚ, ਕਾਂਗਰਸ ਸੈਂਟਰ 'ਚ ਹੈ, ਦੋਨਾਂ ਦਾ ਇੱਕੋ ਹੀ ਵਿਰੋਧ ਹੈ ਨਾ, ਕੋਈ ਦੱਸ ਦਿਓ ਮੈਨੂੰ। ਮਤਲਬ ਇਹੋ ਜਿਹੀਆਂ ਗੱਲਾਂ ਕਰਦੇ ਹੈ, ਹਵਾਈ ਛੁਰਲੀਆਂ ਛੱਡਦੇ ਹੈ, ਜਿਨ੍ਹਾਂ ਦੇ ਨਾਲ ਸਿਰ ਹੈ ਨਾ ਪੈਰ ਹੈ ਭਾਈ। ਜਦੋਂ ਵੀ ਤੁਸੀਂ ਲੜੋਂਗੇ, ਹਾਂ ਇਹ ਹੈ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੋਣਾ ਚਾਹੀਦਾ ਵੀ ਭਾਈ ਅਸੀਂ ਸੈਂਟਰ ਦੇ ਨਾਲ ਇਸ ਕਰਕੇ ਲੜਦੇ ਹਾਂ ਵੀ ਆਹ ਭਾਈ ਆ ਆਹ ਸਾਡੇ ਨਾਲ ਵਿਤਕਰੇ ਹੋਏ ਨੇ, ਆਹ ਸਾਡੇ ਕਿਸਾਨ ਬਰੂਹਾਂ 'ਤੇ ਪਏ ਰਹੇ ਨੇ, ਆਹ ਸਾਡੇ ਕਾਨੂੰਨਾਂ ਦੇ ਉੱਤੇ ਕਾਨੂੰਨ ਬਣਾਏ ਜਾ ਰਹੇ ਨੇ, ਸਾਡੀ ਜਿਹੜੀ ਖੇਤੀ ਵਾਲੇ ਕਾਨੂੰਨ ਨੇ ਉਹਨਾਂ ਦੇ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ, ਸਾਡਾ ਪਾਣੀ ਪਹਾੜਾ ਡੈਮ ਸਾਡੀ, ਉਹਦੀ ਮੈਨੇਜਮੈਂਟ ਸੈਂਟਰ ਦੀ। ਭਾਈ ਵੀ ਆਰ ਅ ਯੂਨੀਅਨ ਆਫ ਸਟੇਟਸ,
ਸਾਡਾ ਸੰਵਿਧਾਨਕ ਢਾਂਚਾ ਜਿਹੜਾ ਹੈ ਉਹਨੂੰ ਸੰਘੀ ਢਾਂਚਾ ਕਹਿੰਦੇ ਆ। ਇਹ ਅੱਡ ਅੱਡ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹਦੀ ਹਰੇਕ ਦੀ ਅੱਡ ਖੁਸ਼ਬੂ ਹੈ। ਤੁਸੀਂ ਉਸ ਖੁਸ਼ਬੂ ਨੂੰ ਖਤਮ ਕਰਕੇ ਦੇਸ਼ ਨੂੰ ਕਿਵੇਂ ਸਵਾਰ ਲਓਗੇ ਭਾਈ? ਤੁਸੀਂ ਇਹ ਪੰਜਾਬ ਨੂੰ ਜਿਹੜੀ ਢਾਲ ਹੈ ਦੁਨੀਆ ਦੀ, ਜਿਹਨੇ ਹਰ ਜ਼ੁਲਮ ਦੇ ਨਾਲ, ਹਰ ਵਿਤਕਰੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਗੁਰੂਆਂ ਪੀਰਾਂ ਨੇ ਬਲੀਦਾਨ ਦੇ ਕੇ ਲੜਾਈ ਲੜੀ, ਉਹਨੂੰ ਕਮਜ਼ੋਰ ਕਰ ਦਿਓਗੇ ਟੁੱਚੇ ਕਾਰਨਾਂ ਕਰਕੇ ਅਤੇ ਲੜੀਏ ਵੀ ਨਾ? ਇਹ ਗਲਤ ਫਹਿਮੀ 'ਚ ਨਾ ਕੋਈ ਰਹੇ, ਪੰਜਾਬੀ ਕੌਮ ਹੈ ਇਹ ਨਹੀਂ ਬਖਸ਼ਦੀ, ਇਹ ਜ਼ੁਲਮ ਦੇ ਖਿਲਾਫ ਲੜਦੀ ਹੈ, ਇਹ ਨੀਵੀਂ ਨਹੀਂ ਪਾਉਂਦੀ। ਇਹਦੇ 'ਚ ਕੀ ਗਲਤ ਹੈ ਸਮਝਾ ਦੇਵੇ ਕੋਈ? ਹਾਈ ਕਮਾਂਡ ਹੈ ਭਾਈ, ਉਹ ਫੈਸਲਾ ਲਊਗੀ। ਜੇ ਤੁਹਾਡੀ ਪਾਰਟੀ ਨਾਲ ਰਹੀ ਵਿਚਾਰਧਾਰਾ ਕਾਹਦੀ ਹੈ ਉਹ ਭਾਈ? ਹਰ ਚੀਜ਼ ਬੇੜੀਆਂ 'ਚ, CBI, ਜੁਡੀਸ਼ਰੀ, ਹਾਂਜੀ ਆ ਖਹਿਰਾ ਸਾਹਿਬ ਕਿਉਂ ਦੇਤੇ ਅੰਦਰ? ਫਿਰ ਰੋਂਦੇ ਹੋ, ਧੱਕਾ ਹੋ ਰਿਹਾ, ਹਾਂਜੀ ਇਲੈਕਸ਼ਨ ਕਮਿਸ਼ਨ ਪੂਰਾ ਸ਼ੱਕ ਦੇ ਘੇਰੇ 'ਚ, ਕੋਈ EVM ਦਾ ਰੌਲਾ ਪਾਈ ਜਾਂਦਾ, ਕੋਈ ਕੁਛ ਦਾ ਰੌਲਾ ਪਾਈ ਜਾਂਦਾ, ਕੋਈ ਕੁਛ ਪੱਗੋ ਦਾ ਰੌਲਾ ਪਾਈ ਜਾਂਦਾ। ਨਹੀਂ ਲੜਾਈ ਲੜਨੀ, ਓਪੋਜੀਸ਼ਨ ਦਾ ਕੰਮ ਹੀ ਲੜਾਈ ਲੜਨੀ ਹੈ, ਜਵਾਬਦਾਹੀ ਬਣਾਉਣਾ, ਨੀਤੀਆਂ ਦੀ ਲੜਾਈ ਲੜਨੀ ਹੈ ਭਾਈ। ਕੋਈ ਗੱਲ ਕਰਦਾ ਨੌਕਰੀਆਂ ਦੀ, ਰੁਜ਼ਗਾਰ ਦੇ ਉੱਤੇ ਕੀ ਹੈ? ਕੋਈ ਗੱਲ ਕਰਦਾ ਕਿਸਾਨੀ ਦੀ? 60-70% ਕਿਸਾਨ ਪੰਜਾਬ 'ਚ ਹੈ ਜੀ, ਸੰਭਾਵਨਾ ਲਾਂਚ ਦੀ। ਮੈਂ ਕਹਿੰਦਾ ਇਹ ਸੰਭਾਵਨਾਵਾਂ ਜਿਹੜੀਆਂ ਨੇ ਨਾ, ਇਹ ਹਾਈ ਕਮਾਂਡ ਦੇਖੇਗੀ। ਅਸੀਂ ਤਾਂ ਇੰਨਾ ਕਹਿ ਸਕਦੇ ਹਾਂ ਵੀ ਕਾਰਨ ਕੀ ਨੇ, ਤੁਸੀਂ ਪੁੱਛਿਆ ਦੱਸਦਾ। ਜਿਹੜੀ ਗੱਲ ਦੇ ਉੱਤੇ ਮੈਂ ਖੜਾ ਉਹ ਇਹ ਹੈ ਵੀ ਨੀਤੀਗਤ ਲੜਾਈ ਹੋਣੀ ਚਾਹੀਦੀ, ਲੋਕ ਭਲਾਈ ਦੀ ਲੜਾਈ ਹੋਣੀ ਚਾਹੀਦੀ, ਲੋਕਾਂ ਦੇ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿਵੇਂ ਕਰ ਸਕਦੇ ਹੋ, ਲੋਕਾਂ ਨੂੰ ਕਿਵੇਂ ਸੰਵਾਰ ਸਕਦੇ ਹੋ। ਆਹ ਜਿਹੜਾ ਨੌਜਵਾਨ ਬਾਹਰ ਜਾਈ ਜਾਂਦਾ, 1,00,000 ਕਰੋੜ ਦੇ ਐਸੈਟ ਪੰਜਾਬ ਦੇ ਵਿਕ ਗਏ ਅਤੇ ਕੈਨੇਡਾ 'ਚ ਜਾ ਕੇ ਡਿੱਗਦੇ ਆ, ਇਹਨੂੰ ਕਿੱਦਾਂ ਤੁਸੀਂ ਬਦਲ ਸਕਦੇ?